ਹੁਸ਼ਿਆਰਪੁਰ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਚੋਰਾਂ ਦੇ ਹੌਸਲੇ ਇੰਨੇ ਬੁਲੰਦ ਹੋ ਚੁੱਕੇ ਨੇ ਕਿ ਰਾਤ ਦੇ ਹਨੇਰੇ ਵਿੱਚ ਤਾਂ ਕਿ ਚੋਰਾਂ ਵੱਲੋਂ ਤਾਂ ਦਿਨ ਦਿਹਾੜੇ ਹੀ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਅਜਿਹਾ ਹੀ ਇੱਕ ਮਾਮਲਾ ਉਸ ਵੇਲੇ ਸਾਹਮਣੇ ਆਇਆ ਜਦੋਂ ਸ਼ਹਿਰ ਦੇ ਨਜ਼ਦੀਕੀ ਪਿੰਡ ਕਿਲਾ ਬਰੂਨ ਦੇ ਇੱਕ ਘਰ ਵਿੱਚੋਂ ਚੋਰਾਂ ਨੇ ਦਿਨ ਦਿਹਾੜੇ ਕਰੀਬ 10 ਤੋਲੇ ਸੋਨਾ ਅਤੇ 1 ਲੱਖ ਤੋਂ ਵੱਧ ਦੀ ਨਕਦੀ ਚੋਰੀ ਕਰ ਲਈ। ਇਸ ਸੰਬੰਧੀ ਜਾਣਕਾਰੀ ਦਿੰਦੇ ਪੀੜਤ ਸੁਰਿੰਦਰ ਕੌਰ ਨੇ ਦੱਸਿਆ ਕਿ ਉਹ ਸਰਕਾਰੀ ਦਫ਼ਤਰ ਵਿੱਚ ਕੰਮ ਕਰਦੀ ਹੈ ਅਤੇ ਸ਼ਾਮੀ ਕਰੀਬ 5 ਵਜੇ ਜਦੋਂ ਉਹ ਘਰ ਆਈ ਤਾਂ ਉਸਨੇ ਦੇਖਿਆ ਕਿ ਘਰ ਦਾ ਅੰਦਰਲਾ ਦਰਵਾਜ਼ਾ ਖੁੱਲ੍ਹਾ ਹੋਇਆ ਸੀ। ਜਦੋਂ ਉਸਨੇ ਅੰਦਰ ਜਾ ਕੇ ਦੇਖਿਆ ਤਾਂ ਘਰ ਦਾ ਸਾਰਾ ਸਮਾਨ ਖਿਲ ਰਿਹਾ ਪਿਆ ਸੀ ਅਤੇ ਅਲਮਾਰੀ ਵਿੱਚ 10 ਤੋਲੇ ਸੋਨੇ ਦੇ ਗਹਿਣੇ ਅਤੇ 1 ਲੱਖ ਤੋਂ ਵੱਧ ਦੀ ਨਕਦੀ ਚੋਰੀ ਹੋ ਚੁੱਕੀ ਸੀ। ਉਸਨੇ ਦੱਸਿਆ ਕਿ ਉਸ ਵੇਲੇ ਇਸ ਸੰਬੰਧੀ ਸਦਰ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਉੱਥੇ ਹੀ ਦੂਜੇ ਪਾਸੇ ਇਲਾਕੇ ਵਿੱਚ ਹੋ ਰਹੀਆਂ ਲਗਾਤਾਰ ਚੋਰੀ ਦੀਆਂ ਵਾਰਦਾਤਾਂ ਨਾਲ ਸਦਰ ਪੁਲਿਸ ਤਾਂ ਪਹਿਲਾਂ ਹੀ ਸਵਾਲਾਂ ਦੇ ਘੇਰੇ ਵਿੱਚ ਹੈ। ਹੁਣ ਇੱਕ ਹੋਰ ਵਾਰਦਾਤ ਤੋਂ ਬਾਅਦ ਸਦਰ ਪੁਲਿਸ ਕੁਝ ਵੀ ਕਹਿਣ ਤੋਂ ਬਚਦੀ ਹੋਈ ਨਜ਼ਰ ਆਈ। ਹਾਂਜੀ, ਕੀ ਨਾਮ ਜੀ ਆਪਣਾ? ਮੇਰਾ ਸੁਰਿੰਦਰ ਕੌਰ। ਹਾਂਜੀ, ਕੀ ਹੋਇਆ? ਕੀ ਆ ਜੀ ਆਪ ਹੋਇਆ? ਇਦਾਂ ਜੀ, ਜਿੱਦਾਂ ਮੈਂ ਰੂਟੀਨ 'ਚ ਪਹਿਲਾਂ ਮੈਂ ਸਰਕਾਰੀ ਨੌਕਰੀ ਕਰਦੀ ਹਾਂ। ਸਵੇਰੇ ਮੈਂ ਜਿੱਦਾਂ 9 ਵਜੇ ਸਵੇਰੇ ਘਰੋਂ ਗਈ ਹਾਂ, ਉਸ ਨਾਲ ਸਭ ਕੁਛ ਠੀਕ ਠਾਕ ਸੀ, ਕੁਛ ਨਹੀਂ ਸੀਗਾ। ਬਾਕੀ ਜਦੋਂ ਮੈਂ ਸ਼ਾਮ ਨੂੰ 5:15 ਵਜੇ ਘਰ ਆਈ ਹਾਂ, ਮੇਰੇ ਗੇਟ ਦਾ ਲੌਕ ਲੱਗਾ ਹੈ ਬਾਹਰਲਾ, ਔਰ ਜਦੋਂ ਮੈਂ ਅੰਦਰ ਵੜੀ ਹਾਂ ਤਾਂ ਮੇਰੇ ਸਾਰੇ ਦਰਵਾਜ਼ੇ ਖੁੱਲ੍ਹੇ ਆ ਔਰ ਬੱਤੀਆਂ ਪੱਖੇ ਚੱਲਦੇ ਪਏ ਆ, ਅਤੇ ਜਿੰਨਾ ਵੀ ਮੇਰਾ ਸਮਾਨ ਜਿਊਲਰ ਸੀਗਾ, ਸੋਨਾ ਸੀਗਾ, ਪੈਸਾ ਸੀਗਾ, ਸਾਰਾ ਲੈ ਗਏ। ਇਹ ਸੋਨਾ ਤੁਹਾਡਾ ਕਿੰਨੇ ਕੁ ਤੋਲੇ ਦੇ ਕਰੀਬ ਸੀਗਾ ਜੀ? ਸੀਗਾ ਜੀ, ਮੇਰਾ ਕੋਈ 10-11 ਤੋਲੇ ਸੀਗਾ ਸੋਨਾ। ਹਾਂਜੀ, ਤੇ ਕੈਸ਼ ਵੀ ਸੀਗਾ ਜੀ? ਹਾਂਜੀ ਹਾਂਜੀ, ਕੈਸ਼ ਸੀਗਾ। ਹਾਂਜੀ, 70,000 ਕੈਸ਼ ਇੱਕ ਸੀ, ਅਲੱਗ ਰੱਖਿਆ ਉਹ ਮੈਂ ਕਿਸੇ ਨੂੰ ਦੇਣਾ ਸੀ। ਬਾਕੀ 40-50,000 ਰੁਪਈਆ ਮੈਂ ਆਪਣੇ ਸੇਫਟੀ ਵਾਸਤੇ ਕੋਲ ਰੱਖਿਆ ਸੀਗਾ ਆਪਣੇ, ਸਾਰਾ ਕੱਢ ਕੇ ਲੈ ਗਏ ਉਹ, ਔਰ ਸਾਰਾ ਖਿਲਾਰ ਕੇ ਗਏ, ਸਮਾਨ ਸਾਰੇ ਲੋਕਰ ਤੋੜ ਗਏ ਆ, ਭੰਨ ਤੋੜ ਕੇ ਸਿੱਟ ਗਏ। ਬਾਕੀ ਹੋਰ ਪਤਾ ਨਹੀਂ ਬੱਚਿਆਂ ਨੇ ਕੀ ਕੀ ਰੱਖਿਆ ਸੀਗਾ, ਪੈਸਾ ਜਾਂ ਕੋਈ ਤੇਲਾ ਰੱਖਿਆ ਸੀ, ਸੋਨਾ ਰੱਖਿਆ ਸੀ, ਉਹ ਉਹਨਾਂ ਨੂੰ ਪਤਾ, ਜਿਹੜਾ ਮੇਰੇ ਨੌਲੇਜ ਸੀਗਾ ਮੇਰਾ 10-11 ਤੋਲੇ ਸੋਨਾ ਸੀਗਾ। ਬੱਚੇ ਮੇਰੇ ਇੱਥੇ ਨਹੀਂ ਹੈਗੇ, ਬੇਟੀ ਜਰਮਨ ਰਹਿੰਦੀ ਆ, ਬੇਟਾ ਪੜ੍ਹਨ ਗਿਆ ਆ ਕਨੇਡਾ, ਘਰ 'ਚ ਮੈਂ ਇਕੱਲੀ ਹਾਂ, ਮੇਰੇ ਭਾਂਜੇ ਹੈਗੇ ਆ, ਵੈਸੇ ਉਹ ਦਿਨ ਰਾਤ ਮੇਰੇ ਕੋਲ ਆਉਂਦੇ ਆ, ਹੁਣ ਜਦ ਮੈਂ ਘਰੇ ਨਹੀਂ ਸੀ ਦਿਨੇ ਤਾਂ ਫਿਰ ਉੱਥੇ ਕੀ ਕਰਨਾ ਸੀ ਉਹਨਾਂ ਨੇ, ਮੈਂ ਲੋਕ ਆਪਣੇ ਹੱਥੀਂ ਲਾ ਕੇ ਗਈ ਸਾਰੇ। ਹਾਂਜੀ ਸਰ, ਕੀ ਨਾਮ ਜੀ ਆਪਣਾ? ਸਰ, ਮੇਰਾ ਨਾਮ ਲਖਵੀਰ ਸਿੰਘ ਹੈ, ਮੈਂ ਕਿਲਾ ਬਰੂਨ ਤੋਂ ਪੰਚਾਇਤ ਮੈਂਬਰ ਹਾਂ, ਪੰਚ ਹਾਂ। ਜਦੋਂ ਭੂਆ ਹੋਣੀ, ਤੇ ਸਰ ਭੂਆ ਹੋਣੀ ਮੈਂ 5:30 ਦੇ ਕਰੀਬ ਮੈਂ ਆਪਣੇ ਘਰ ਆਏ, ਅਤੇ ਇਹਨਾਂ ਨੇ ਆਪਣਾ ਗੇਟ, ਮੇਨ ਗੇਟ ਦਾ ਦਰਵਾਜ਼ਾ ਲੋਕ ਖੋਲ੍ਹਿਆ, ਅਤੇ ਬਾਕੀ ਅੰਦਰਲੇ ਜਦੋਂ ਅੰਦਰ ਗਏ ਮੈਂ ਕਿ ਉਹਨਾਂ ਦਾ ਸਾਰਾ ਅੰਦਰ ਲੋਕ ਤੋੜਿਆ ਪਿਆ ਸੀਗਾ, ਅਤੇ ਸਟੋਰ ਦਾ ਵੀ ਲੋਕ ਟੁੱਟਾ ਸੀ, ਅਲਮਾਰੀਆਂ ਵਗੈਰਾ ਸਾਰਾ ਕੁਛ ਮਾਰਕੀਟ ਦੇਖਿਆ ਜੀ। ਸਰ, ਜਦੋਂ ਮੈਂ ਅਸੀਂ ਆਏ ਸੀ, ਅਲਮਾਰੀ ਵਗੈਰਾ ਸਾਰਾ ਕੁਛ ਟੁੱਟਾ ਪਿਆ ਸੀਗਾ ਆਪਣਾ, ਅਤੇ ਕੱਪੜੇ ਵਗੈਰਾ ਸਾਰਾ ਕੁਛ ਖਿਲਰਿਆ ਪਿਆ ਸੀਗਾ, ਬਾਕੀ ਗੋਲਡ ਜੋ ਵੀ ਸੀ, ਜੁਐਲਰੀ ਵਗੈਰਾ ਸਾਰਾ ਕੁਛ ਮੈਂ ਕਿ ਛਾਂਟਿਆ ਗਿਆ ਉਹਨਾਂ ਦਾ, ਮੈਂ ਕਿ ਕਿਹੜਾ ਆਰਟੀਫਿਸ਼ੀਅਲ ਸੀਗਾ ਉਹ ਚੀਜ਼ ਛੱਡ ਗਏ, ਬਾਕੀ ਸਾਰਾ ਓਰਿਜਨਲ ਜਾਂ ਕੈਸ਼ ਉਹ ਲੈ ਗਏ ਸਰ ਉਹ। ਬਾਕੀ ਹੋਰ ਮੈਂ ਬੇਟੇ ਨੂੰ ਫੋਨ ਕਰਦੇ ਪਏ ਆ ਕਿ ਮੈਂ ਕੀ ਘਰ ਸੀਗਾ, ਜਾਂ ਉਹਨਾਂ ਦੇ ਬੇਟੀ ਦੇ ਕੋਲ, ਉਹਨਾਂ ਦਾ ਵੀ ਸਮਾਨ ਗੋਲਡ ਸੀ ਉਹਨਾਂ ਦਾ ਰੱਖਿਆ ਉਹਨਾਂ ਦਾ, ਤੇ ਉਹ ਵੀ ਮੈਂ ਪਛਾਣ ਬਣ ਕਰਦੇ ਪਏ ਆ।